ਜਗਬਾਣੀ ਤੇ ਇਸ ਵੇਲੇ ਦੀ ਵੱਡੀ ਖਬਰ। ਮੋਗਾ ਦੇ ਸਕਰਟ ਹਾਰਟ ਸਕੂਲ ਜਾ ਰਹੀ ਬੱਚਿਆਂ ਨਾਲ ਭਰੀ ਵੈਨ ਪਲਟ ਗਈ। ਹਾਦਸਾ ਪਿੰਡ ਲੋਹਾਰਾ ਕੋਲ ਵਾਪਰਿਆ। ਹਾਦਸੇ ਵੇਲੇ ਵੈਨ ਚ ਕਰੀਬ 40 ਬੱਚੇ ਸਵਾਰ ਸਨ, ਜਿਨ੍ਹਾਂ ਚੋਂ 3 ਨੂੰ ਗੰਭੀਰ ਸੱਟਾਂ ਵੱਜੀਆਂ ਨੇ, ਜਦਕਿ ਬਾਕੀ ਬੱਚਿਆਂ ਨੂੰ ਵੀ ਸੱਟਾਂ ਲੱਗੀਆਂ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਲੋਹਾਰਾ ਪਿੰਡ ਦੇ ਕੋਲ ਜਾ ਰਹੇ ਇੱਕ ਟਰੱਕ ਨੇ ਵੈਨ ਨੂੰ ਸਾਈਡ ਮਾਰ ਦਿੱਤੀ ਤੇ ਵੈਨ 2 ਪਲਟੀਆਂ ਖਾ ਕੇ ਖੇਤਾਂ ਚ ਜਾ ਪਲਟੀ। ਘਟਨਾ ਦਾ ਪਤਾ ਲੱਗਦੇ ਹੀ ਲੋਕਾਂ ਨੇ ਤੁਰੰਤ ਬੱਚਿਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਤੇ ਸਕੂਲ ਅਤੇ ਮਾਪਿਆਂ ਨੂੰ ਸੂਚਿਤ ਕੀਤਾ। ਟੈਂਪੂ ਟਰੈਵਲ ਸਕੂਲ ਵੈਨ ਦਾ ਡਰਾਈਵਰ ਵੀ ਹਾਦਸੇ 'ਚ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਜੇ ਬੱਚਿਆਂ ਦੀ ਵੈਨ ਪਲਟ ਗਈ ਆ, ਬਾਕੀ ਪਤਾ ਨਹੀਂ ਲੱਗਿਆ ਹਜੇ ਕੀ ਕਾਰਨ ਪਲਟੀ ਹੈ, ਕਿਸ ਕਾਰਨ ਪਲਟੀ ਹੈ। ਕਿੱਥੋਂ ਦੇ ਸੀਗੇ ਬੱਚੇ? ਤੁਹਾਡਾ ਬੱਚਾ ਕਿੱਥੋਂ? ਹਾਂ ਜੀ, ਕੋਟੀ ਸੇਗਾ ਤੋਂ ਸੈਕਰਡ ਹਾਰਟ ਸਕੂਲ ਆ ਰਹੇ ਸੀਗੇ ਮੋਗੇ। ਹਾਂਜੀ ਹਾਂਜੀ ਜੀ, ਆਸੇ ਪਾਸੇ ਦੇ ਵੀ ਪਿੰਡਾਂ ਦੇ ਬੱਚੇ ਆ ਜੀ ਵਿੱਚ। ਕਿੰਨੇ ਬੱਚੇ ਦੱਸੇ ਆ ਰਹੇ ਟੋਟਲ? ਬੱਚੇ ਕਰੀਬ 40 ਦੇ ਕਰੀਬ ਹੋਣਗੇ ਜੀ, ਨੀਅਰ ਅਬਾਊਟ। ਤੇ ਕੁਛ ਪਤਾ ਲੱਗਿਆ ਜੀ ਉੱਥੋਂ? ਪਤਾ ਲੱਗਿਆ ਵੀ ਕਿਹਦੀ ਗਲਤੀ ਸੀ, ਕੀ ਸੀਗਾ? ਸਾਨੂੰ ਤਾਂ ਕਾਲ ਆਈ ਸੀ, ਸਿੱਧੇ ਹਸਪੀਟਲ ਆ ਗਏ ਹਾਂ ਜੀ। ਇੱਕ ਮਿੰਟ, ਕਿੰਨੇ ਬੱਚੇ ਸੀਗੇ ਜੀ ਟੋਟਲ? 40 ਬੱਚੇ ਸੀਗੇ ਤੇ ਕਿੰਨੇ ਕੁ ਬੱਚਿਆਂ ਦੇ ਸੱਟਾਂ ਲੱਗੀਆਂ ਜ਼ਿਆਦਾ? ਇਹ ਹਾਦਸਾ ਕਿਵੇਂ ਵਾਪਰਿਆ? ਟਰੱਕ ਵੱਜਿਆ। ਤੁਸੀਂ ਇੱਧਰ ਮੋਗੇ ਨੂੰ ਆ ਰਹੇ ਸੀਗੇ ਤੇ ਕਿੱਥੇ ਹਾਦਸਾ ਵਾਪਰਿਆ? ਲੋਹਾਰਾ ਪਿੰਡ, ਲੋਹਾਰੇ ਤੋਂ ਪਿੱਛੇ ਜਨੇਰ ਤੋਰਲੇ ਪਾਸੇ। ਚਲੋ, ਕਿਵੇਂ ਠੀਕ ਹੋ ਤੁਸੀਂ? ਲੱਤ ਕੰਨੀ ਕੰਮ ਕਰਦੇ? ਚਲੋ। ਮੋਗਾ ਤੋਂ ਭਨੋਂਕਾਰਾ, ਜਗਬਾਣੀ ਟੀਵੀ।